Good morning, everyone. I'm Rajpreet Kaur, in charge of second class from BDS Public School, Begepur. Today's subject is science and second chapter, our houses. Raja, aaj aapa jada lesson jada read karange, theek hai? Our houses means sada kar, theek hai? Apne kar bare padhna hai aapa itthe, ki kar kinni tarah de hunde ne, kede kede kar hunde ne, theek hai ji? Chalo, let's start the video. We live with our family in a house. असी जेड़ा अपने घर विच अपनी फैमिली नाल रहने हां. Our house is our home. साडा घर जेड़ा साडा अपना ही घर हुंदा है. Our house protects us from heat, cold and rain. जेड़ा साडा घर है ओ साडी सानू प्रोटेक्ट करदा है कादे तों गर्मी तों सर्दी तों ते वर्खा तों. It keeps us safe from thieves and wild animals. ਜਿਹੜਾ ਸਾਡਾ ਘਰ ਹੈ ਸਾਡੀ ਰੱਖਿਆ ਕਰਦਾ ਹੈ ਚੋਰਾਂ ਤੋਂ ਵੀ ਤੇ ਜੰਗਲੀ ਜਾਨਵਰਾਂ ਤੋਂ ਵੀ. ਦੇਅਰ ਆਰ ਮੇਡ ਮੈਨੀ ਟਾਈਪਸ ਆਫ ਹਾਊਸਿਸ ਘਰਾਂ ਦੇ ਆਂਦੇ ਕਈ ਜਿਹੜੇ ਆ ਟਾਈਪਸ ਹੁੰਦੇ ਆ ਕਈ ਕਿਸਮਾਂ ਹੁੰਦੀਆਂ ਨੇ ਘਰਾਂ ਦੀਆਂ ਠੀਕ ਆ. ਹਾਊਸਿਸ ਮੇ ਬੀ ਬਿਗ ਔਰ ਸਮਾਲ ਜਿਹੜੇ ਘਰ ਆ ਉਹ ਵੱਡੇ ਵੀ ਹੁੰਦੇ ਨੇ ਤੇ ਛੋਟੇ ਵੀ ਹੁੰਦੇ ਨੇ. ਦੇ ਮੈਨੀ ਬੀ ਪੱਕਾ ਹਾਊਸਿਸ ਔਰ ਕੱਚਾ ਹਾਊਸਿਸ ਉਹਨਾਂ ਨੂੰ ਆਪਾਂ ਕੱਚਾ ਹਾਊਸ ਵੀ ਕਹਿ ਸਕਦੇ ਹਾਂ ਤੇ ਪੱਕਾ ਹਾਊਸ ਵੀ ਕਹਿ ਸਕਦੇ ਹਾਂ. ਘਰ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਕੱਚਾ ਹਾਊਸ ਪੱਕਾ ਹਾਊਸ. ਵੱਡੇ ਘਰ ਹੁੰਦੇ ਨੇ ਤੇ ਛੋਟੇ ਘਰ ਹੁੰਦੇ ਨੇ ਠੀਕ ਆ. ਹੁਣ ਅੱਗੇ ਆਪਾਂ ਕੱਚੇ ਹਾਊਸ ਬਾਰੇ ਪੜਾਂਗੇ ਠੀਕ ਆ. ਕੱਚਾ ਹਾਊਸਿਸ ਆਰ ਨੋਟ ਵੈਰੀ ਸਟਰੋਂਗ. ਕੱਚਾ ਹਾਊਸ ਕਹਿੰਦੇ ਆ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦਾ. ਦੇ ਆਰ ਜਨਰਲੀ ਫਾਊਂਡ ਇਨ ਵਿਲੇਜਸ. ਇਹ ਅਕਸਰ ਸਾਨੂੰ ਜਿਹੜਾ ਕੱਚਾ ਹਾਊਸ ਕਿੱਥੇ ਲੱਭਦਾ ਹੈ ਪਿੰਡਾਂ ਵਿੱਚ. They are made of mud, stones, leaves, sticks, straw and bamboo. ਜਿਹੜਾ ਕੱਚਾ ਘਰ ਹੈ ਕਿੰਨਾ ਤੋਂ ਬਣਦਾ ਹੈ ਮਿੱਟੀ ਤੋਂ ਛੋਟੇ ਛੋਟੇ ਪੱਥਰਾਂ ਤੋਂ ਠੀਕ ਆ ਸਟੋਨਸ ਤੋਂ ਪੱਤਿਆਂ ਤੋਂ ਸਟਿਕਸ ਤੋਂ ਤੇ ਤੂੜੀ ਤੇ ਬੈਂਬੂ ਮੀਨਸ ਬਾਂਸ ਇਹਨਾਂ ਚੀਜ਼ਾਂ ਤੋਂ ਜਿਹੜਾ ਕੱਚਾ ਹਾਊਸ ਬਣਦਾ ਹੈ. ਸਮ ਆਰ ਵਿਦ ਕੋਰਟਯਾਰਡਸ ਇਹਨਾਂ ਦੇ ਅੱਗੇ ਜਿਹੜੇ ਛੋਟੇ ਛੋਟੇ ਵਿਹੜੇ ਹੁੰਦੇ ਆ ਠੀਕ ਆ. ਜਿੱਦਾਂ ਆਪਣੇ ਘਰਾਂ ਵਿੱਚ ਛੋਟੇ ਵਿਹੜੇ ਹੁੰਦੇ ਆ ਇੱਦਾਂ ਹੀ ਇਹ ਜਿਹੜੇ ਕੱਚੇ ਘਰ ਇਹਨਾਂ ਅੱਗੇ ਵੀ ਛੋਟੇ ਵਿਹੜੇ ਹੁੰਦੇ ਆ. ਇਨ ਸਿਟੀਜ਼ ਐਂਡ ਟਾਊਨਸ ਮੋਸਟ ਪੀਪਲ ਲਿਵ ਇਨ ਆ ਪੱਕਾ ਹਾਊਸਿਸ. ਆਉਂਦੇ ਆ ਕਿ ਸ਼ਹਿਰਾਂ ਵਿੱਚ ਛੋਟੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਨਾ ਜ਼ਿਆਦਾਤਰ ਲੋਕ ਜਿਹੜੇ ਆ ਪੱਕੇ ਹਾਊਸ ਵਿੱਚ ਹੀ ਰਹਿੰਦੇ ਆ ਪੱਕੇ ਘਰਾਂ ਵਿੱਚ ਹੀ ਰਹਿੰਦੇ ਆ. ਦੀਜ ਹਾਊਸਿਸ ਆਰ ਆਲਸੋ ਕਾਲਡ ਪਰਮਾਨੈਂਟ ਹਾਊਸਿਸ. ਇਹਨਾਂ ਘਰਾਂ ਨੂੰ ਆਪਾਂ ਪਰਮਾਨੈਂਟ ਹਾਊਸ ਜਿਹੜਾ ਬੋਲ ਲੈਂਦੇ ਹਾਂ. ਪਰਮਾਨੈਂਟ ਹਾਊਸ ਇਸ ਲਈ ਬੋਲ ਲੈਂਦੇ ਕਿਉਂਕਿ ਪੱਕੇ ਘਰ ਜਿਹੜੇ ਆ ਸਥਿਰ ਰਹਿੰਦੇ ਆ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾਂਦੇ ਠੀਕ ਆ. ਕੱਚੇ ਘਰ ਜਦੋਂ ਹਨੇਰੀ ਆਵੇ ਤੂੜੀ ਵਗੈਰਾ ਦੇ ਬਣੇ ਉੱਡ ਵੀ ਜਾਂਦੇ ਆ ਠੀਕ ਆ. ਪੱਕੇ ਘਰ ਜਿਹੜੇ ਆ ਉਹ ਇੱਕ ਜਗ੍ਹਾ ਤੇ ਸਥਿਰ ਰਹਿੰਦੇ ਆ. ਦੇ ਆਰ ਸਟਰੋਂਗ ਇਹ ਘਰ ਜਿਹੜੇ ਬਹੁਤ ਸਟਰੋਂਗ ਹੁੰਦੇ ਆ. ਦੇ ਆਰ ਮੇਡ ਆਫ ਬ੍ਰਿਕਸ ਸੀਮੈਂਟ ਐਂਡ ਕੰਕਰੀਟ. ਆਉਂਦੇ ਆ ਕਿ ਇਹ ਜਿਹੜੇ ਘਰ ਆ ਇੱਟਾਂ ਦੇ ਸੀਮੈਂਟ ਦੇ ਤੇ ਕੰਕਰੀਟ ਮੀਨਸ ਮਸਾਲੇ ਵਗੈਰਾ ਦੇ ਬਣੇ ਹੁੰਦੇ ਆ ਠੀਕ ਆ. ਕੰਕਰੀਟ ਇਜ਼ ਆ ਮਿਕਸਚਰ ਆਫ ਸਮਾਲ ਸਟੋਨਸ ਸੈਂਡ ਸੀਮੈਂਟ ਐਂਡ ਵਾਟਰ. ਕੰਕਰੀਟ ਵਿੱਚ ਮਿਕਸਚਰ ਹੁੰਦਾ ਠੀਕ ਆ ਮਸਾਲਾ ਹੁੰਦਾ ਉਹ ਕਾਹਦਾ ਬਣਿਆ ਹੁੰਦਾ ਛੋਟੇ ਛੋਟੇ ਪੱਥਰਾਂ ਤੋਂ ਰੇਤ ਤੋਂ ਸੀਮੈਂਟ ਤੋਂ ਤੇ ਪਾਣੀ ਤੋਂ ਠੀਕ ਆ. ਪੱਕਾ ਹਾਊਸਿਸ ਇਜ਼ ਇਨ ਸਿਟੀਜ਼ ਆਰ ਬਿਲਡਿੰਗਸ ਐਂਡ ਬੈਂਗਲੋਰਸ. ਕਹਿੰਦੇ ਪੱਕੇ ਹਾਊਸ ਵਿੱਚ ਪੱਕਾ ਹਾਊਸ ਜਿਹੜਾ ਸ਼ਹਿਰਾਂ ਵਿੱਚ ਹੁੰਦਾ ਹੈ ਤੇ ਇਹਦੇ ਵਿੱਚ ਨਾ ਬਿਲਡਿੰਗਸ ਵੀ ਆ ਜਾਂਦੀਆਂ ਨੇ ਤੇ ਬੈਂਗਲੋ ਮਤਲਬ ਬੰਗਲੇ ਵੀ ਆ ਜਾਂਦੇ. ਬਿਲਡਿੰਗਸ ਹੁੰਦੀਆਂ ਇੱਕ ਦੋ ਮੰਜ਼ਲੀਆਂ ਤੇ ਬੈਂਗਲੋ ਤੁਹਾਨੂੰ ਪਤਾ ਹੀ ਆ ਵੱਡੇ ਵੱਡੇ ਘਰ ਜਿਹੜੇ ਹੁੰਦੇ ਆ ਮਹਿਲ ਠੀਕ ਆ ਉਹ ਵੀ ਆ ਜਾਂਦੇ ਨੇ. ਬੈਂਗਲੋ ਹੈਜ਼ ਵਨ ਔਰ ਟੂ ਸਟੋਰੀਜ਼ ਠੀਕ ਆ. ਬੈਂਗਲੋਜ ਵਿੱਚ ਇੱਕ ਦੋ ਸਟੋਰੀਜ਼ ਆ ਜਾਂਦੀਆਂ ਨੇ ਬੰਗਲਿਆਂ ਵਿੱਚ ਠੀਕ ਆ. ਯੂਜਲੀ ਵਿਦ ਆ ਵਰਾਂਡਾਸ ਅਰਾਊਂਡ ਇਟ. ਇਹਨਾਂ ਦੇ ਅੱਗੇ ਜਿਹੜੇ ਆ ਵਰਾਂਡਾ ਹੁੰਦਾ ਹੈ ਔਰ ਵਰਾਂਡੇ ਨੇ ਬੈਂਗਲੋਰਸ ਨੂੰ ਘੇਰਿਆ ਹੁੰਦਾ ਹੈ ਠੀਕ ਆ ਜੀ. ਤੇ ਅੱਗੇ ਆਪਾਂ ਜਿਹੜਾ ਨੈਕਸਟ ਪੇਜ ਆ ਅਗਲੀ ਨੈਕਸਟ ਵੀਡੀਓ ਵਿੱਚ ਪੜਾਂਗੇ. ਆਈ ਹੋਪ ਤੁਹਾਨੂੰ ਇਹ ਸਾਰਾ ਸਮਝ ਲੱਗ ਗਿਆ ਹੋਏਗਾ. ਥੈਂਕ ਯੂ ਵੈਰੀ ਮੱਚ.